ਹਾਂਜੀ ਹਾਂਜੀ, ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਜਿਹੜੀ ਸਾਡੀ ਕੈਂਟ ਪੁਲਿਸ ਹੈ, ਉਹਨਾਂ ਨੇ ACP ਸਾਹਿਬ ਕੈਂਟ ਅਤੇ SHO ਕੈਂਟ ਨੇ ਟਾਈਮਲੀ ਐਕਸ਼ਨ ਲੈਂਦੇ ਹੋਏ ਇੱਕ ਮਰਡਰ ਐਕਿਊਜ਼ ਨੂੰ ਟਾਈਮਲੀ ਅਰੈਸਟ ਕਰ ਲਿਆ। ਇਹ ਦੋ ਬਿਹਾਰ ਦੇ ਲੜਕੇ ਸੀ ਜਿਹੜੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸੀ। ਇਹਨਾਂ ਦੇ ਆਪਸੀ ਕੋਈ ਤਕਰਾਰਬਾਜ਼ੀ ਹੋਈ ਜਿਸ ਦੇ ਨਾਲ ਇਹਨਾਂ ਨੇ ਇੱਕ ਮੁੰਡੇ ਨੇ ਦੂਸਰੇ ਦੇ ਸਿਰ ਦੇ ਵਿੱਚ ਇੰਜਰੀ ਕੀਤੀ, ਜੋ ਦੌਰਾਨੇ ਟ੍ਰੀਟਮੈਂਟ ਉਹਦੀ ਡੈਥ ਹੋ ਗਈ। ਜਿਹੜਾ ਜਿਹਦੀ ਡੈਥ ਹੋਈ ਆ ਉਹਦਾ ਨਾਂ ਚੰਚਲ ਰਾਏ ਹੈ ਅਤੇ ਜਿਹੜਾ ਐਕਿਊਜ਼ਡ ਹੈ ਉਹ ਬਲੇਸ਼ਵਰ ਰਾਏ ਹੈ। ਜਿਹੜਾ ਕਿ ਤਕਰਾਰਬਾਜ਼ੀ ਦਾ ਆਪਸੀ ਉਹਨਾਂ ਦੀ ਕੋਈ ਬਹਿਸਬਾਜ਼ੀ ਹੋਈ ਜੀ ਕਿਸੇ ਇਸ਼ੂ 'ਤੇ? ਨਹੀਂ, ਹਾਲੇ ਇਸ ਤਰ੍ਹਾਂ ਦਾ ਕੁਛ ਨਹੀਂ, ਉਹ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਆਏਗਾ ਜੀ, ਕਿਉਂਕਿ ਹਾਲੇ ਪਕੜ ਕੇ ਤੁਹਾਡੇ ਕੋਲ ਲਿਆਉਂਦੇ ਹਾਂ। ਨਸ਼ਾ ਤਾਂ ਕਰਦੇ ਹਾਂ, ਨਸ਼ਾ ਕਰਦੇ ਸੀਗੇ ਜੀ। ਆਪਸ 'ਚ ਝਗੜਾ ਹੋਇਆ ਜੀ ਦੋਨਾਂ ਦਾ, ਕਿਸੇ ਗੱਲ ਦੇ ਉੱਤੇ ਤਕਰਾਰਬਾਜ਼ੀ ਹੋਈ। 5 ਜਨਵਰੀ ਨੂੰ ਜੀ, 5 ਜਨਵਰੀ ਨੂੰ ਡੇਟ, 5 ਜਨਵਰੀ ਜਿਸ ਦਿਨ ਝਗੜਾ ਹੋਇਆ। ਨਹੀਂ, ਆਪਸੀ ਝਗੜਾ ਸੀਗਾ ਇਹਨਾਂ ਦਾ। ਉਹ ਮੁੰਡਾ ਜਿਹਦਾ ਸੀ ਸੱਟ ਲੱਗੀ ਸੀ, ਉਹ ਅੰਡਰ ਟ੍ਰੀਟਮੈਂਟ ਸੀ, ਠੀਕ ਹੈ ਜੀ। ਉਹਦੀ ਜਿੱਦਣ ਡੈਥ ਹੋਈ ਹੈ ਉਸੇ ਦਿਨ ਹੀ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਅਤੇ ਅਸੀਂ ਉਹਦੇ 'ਤੇ FIR ਲੌਂਚ ਕਰਕੇ, ਇਹ ਬੰਦਾ ਬਿਹਾਰ ਦਾ ਰਹਿਣ ਵਾਲਾ, ਖਿਸਕ ਜਾਣਾ ਸੀ, ਤਾਂ ਉਹਨੂੰ ਟਾਈਮਲੀ ਪੁਲਿਸ ਨੇ ਅਰੈਸਟ ਕਰ ਲਿਆ। ਡੰਡਾ ਜੀ, ਡੰਡਾ ਮਾਰਿਆ ਉਹਦੇ ਸਿਰ ਦੇ ਵਿੱਚ, ਜਿਹਦੇ ਨਾਲ ਕਿ ਉਹ ਫੈਟਲ ਇੰਜਰੀ ਸੀਗੀ। ਲੇਬਰ ਕਰਦੇ ਸੀਗੇ ਜੀ, ਹਾਂ, ਕੰਮ ਕਰਦੇ ਸੀ ਫੈਕਟਰੀ। 4 ਘੰਟੇ ਨਹੀਂ ਨਹੀਂ ਡੈਥ ਉਹਦੀ ਬਾਅਦ 'ਚ ਹੋਈ, ਆਪਸੀ ਝਗੜਾ ਸੀਗਾ। ਜਿਹੜਾ ਠੇਕੇਦਾਰ ਸੀਗਾ ਉਹ ਉਹਨੂੰ ਟ੍ਰੀਟਮੈਂਟ ਲਈ ਲੈ ਗਿਆ ਸੀ, ਪਹਿਲਾਂ ਫਗਵਾੜਾ, ਫਿਰ ਅੰਮ੍ਰਿਤਸਰ ਰੈਫਰ ਹੋ ਗਿਆ ਸੀ। ਤੋ ਅੰਮ੍ਰਿਤਸਰ ਜਾ ਕੇ ਉਹਦੀ ਡੈਥ ਹੋਈ ਹੈ। ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਲੜਾਈ ਹੋਈ ਸੀ ਅਤੇ ਡੈਥ ਹੋਈ ਆ ਉੱਥੇ, ਅਸੀਂ ਇਮੀਡੀਏਟਲੀ ਐਕਟ ਕਰਦੇ, FIR ਲੌਂਚ ਕਰਕੇ ਬੰਦਾ ਵੀ ਅਰੈਸਟ ਕਰ ਲਿਆ, ਕਿਉਂਕਿ ਜੇ ਨਾ ਕਰਦੇ ਤਾਂ ਸ਼ਾਇਦ ਅੱਧੇ ਪੌਣਾ ਘੰਟਾ ਲੇਟ ਹੋ ਜਾਂਦੇ ਅਤੇ ਉਹ ਬੰਦਾ ਫਿਰ ਸਾਨੂੰ ਬਿਹਾਰ ਜਾ ਕੇ ਫੜਨਾ ਪੈਣਾ ਸੀ, ਜਾਂ ਸ਼ਾਇਦ ਮਿਲਦਾ ਹੀ ਨਾ। ਹਾਂਜੀ ਹਾਂਜੀ, ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਜਿਹੜੀ ਸਾਡੀ ਕੈਂਟ ਪੁਲਿਸ ਹੈ, ਉਹਨਾਂ ਨੇ ACP ਸਾਹਿਬ ਕੈਂਟ ਅਤੇ SHO ਕੈਂਟ ਨੇ ਟਾਈਮਲੀ ਐਕਸ਼ਨ ਲੈਂਦੇ ਹੋਏ ਇੱਕ ਮਰਡਰ ਐਕਿਊਜ਼ ਨੂੰ ਟਾਈਮਲੀ ਅਰੈਸਟ ਕਰ ਲਿਆ। ਇਹ ਦੋ ਬਿਹਾਰ ਦੇ ਲੜਕੇ ਸੀ ਜਿਹੜੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸੀ। ਇਹਨਾਂ ਦੇ ਆਪਸੀ ਕੋਈ ਤਕਰਾਰਬਾਜ਼ੀ ਹੋਈ ਜਿਸ ਦੇ ਨਾਲ ਇਹਨਾਂ ਨੇ ਇੱਕ ਮੁੰਡੇ ਨੇ ਦੂਸਰੇ ਦੇ ਸਿਰ ਦੇ ਵਿੱਚ ਇੰਜਰੀ ਕੀਤੀ, ਜੋ ਦੌਰਾਨੇ ਟ੍ਰੀਟਮੈਂਟ ਉਹਦੀ ਡੈਥ ਹੋ ਗਈ। ਜਿਹੜਾ ਜਿਹਦੀ ਡੈਥ ਹੋਈ ਆ ਉਹਦਾ ਨਾਂ ਚੰਚਲ ਰਾਏ ਹੈ ਅਤੇ ਜਿਹੜਾ ਐਕਿਊਜ਼ਡ ਹੈ ਉਹ ਬਲੇਸ਼ਵਰ ਰਾਏ ਹੈ। ਜਿਹੜਾ ਕਿ ਤਕਰਾਰਬਾਜ਼ੀ ਦਾ ਆਪਸੀ ਉਹਨਾਂ ਦੀ ਕੋਈ ਬਹਿਸਬਾਜ਼ੀ ਹੋਈ ਜੀ ਕਿਸੇ ਇਸ਼ੂ 'ਤੇ? ਨਹੀਂ, ਹਾਲੇ ਇਸ ਤਰ੍ਹਾਂ ਦਾ ਕੁਛ ਨਹੀਂ, ਉਹ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਆਏਗਾ ਜੀ, ਕਿਉਂਕਿ ਹਾਲੇ ਪਕੜ ਕੇ ਤੁਹਾਡੇ ਕੋਲ ਲਿਆਉਂਦੇ ਹਾਂ। ਨਸ਼ਾ ਤਾਂ ਕਰਦੇ ਹਾਂ, ਨਸ਼ਾ ਕਰਦੇ ਸੀਗੇ ਜੀ। ਆਪਸ 'ਚ ਝਗੜਾ ਹੋਇਆ ਜੀ ਦੋਨਾਂ ਦਾ, ਕਿਸੇ ਗੱਲ ਦੇ ਉੱਤੇ ਤਕਰਾਰਬਾਜ਼ੀ ਹੋਈ। 5 ਜਨਵਰੀ ਨੂੰ ਜੀ, 5 ਜਨਵਰੀ ਨੂੰ ਡੇਟ, 5 ਜਨਵਰੀ ਜਿਸ ਦਿਨ ਝਗੜਾ ਹੋਇਆ। ਨਹੀਂ, ਆਪਸੀ ਝਗੜਾ ਸੀਗਾ ਇਹਨਾਂ ਦਾ। ਉਹ ਮੁੰਡਾ ਜਿਹਦਾ ਸੀ ਸੱਟ ਲੱਗੀ ਸੀ, ਉਹ ਅੰਡਰ ਟ੍ਰੀਟਮੈਂਟ ਸੀ, ਠੀਕ ਹੈ ਜੀ। ਉਹਦੀ ਜਿੱਦਣ ਡੈਥ ਹੋਈ ਹੈ ਉਸੇ ਦਿਨ ਹੀ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਅਤੇ ਅਸੀਂ ਉਹਦੇ 'ਤੇ FIR ਲੌਂਚ ਕਰਕੇ, ਇਹ ਬੰਦਾ ਬਿਹਾਰ ਦਾ ਰਹਿਣ ਵਾਲਾ, ਖਿਸਕ ਜਾਣਾ ਸੀ, ਤਾਂ ਉਹਨੂੰ ਟਾਈਮਲੀ ਪੁਲਿਸ ਨੇ ਅਰੈਸਟ ਕਰ ਲਿਆ। ਡੰਡਾ ਜੀ, ਡੰਡਾ ਮਾਰਿਆ ਉਹਦੇ ਸਿਰ ਦੇ ਵਿੱਚ, ਜਿਹਦੇ ਨਾਲ ਕਿ ਉਹ ਫੈਟਲ ਇੰਜਰੀ ਸੀਗੀ। ਲੇਬਰ ਕਰਦੇ ਸੀਗੇ ਜੀ, ਹਾਂ,
ਕੰਮ ਕਰਦੇ ਸੀ ਫੈਕਟਰੀ ਤੁਸੀਂ ਕਹਿੰਦੇ 4 ਘੰਟੇ ਚ ਆਪਾਂ ਸੋਲਵ ਕਰ ਲਿਆ 5 ਤਰੀਕ ਦੀ ਘਟਨਾ ਹੈ ਅੱਜ ਤੁਸੀਂ ਕਰ ਲਿਓ ਉਹਨੂੰ ਨਹੀਂ ਨਹੀਂ ਡੈਥ ਉਹਦੀ ਬਾਅਦ ਚ ਹੋਈ ਡੈਥ ਹੋ ਉਹਨੂੰ ਆਪਸੀ ਝਗੜਾ ਸੀਗਾ ਜਿਹੜਾ ਜਿਹੜਾ ਠੇਕੇਦਾਰ ਸੀਗਾ ਉਹ ਉਹਨੂੰ ਟ੍ਰੀਟਮੈਂਟ ਨਹੀਂ ਲੈ ਗਿਆ ਸੀ ਪਹਿਲਾਂ ਫਗਵਾੜਾ ਫਿਰ ਅੰਮ੍ਰਿਤਸਰ ਰੈਫਰ ਹੋ ਗਿਆ ਸੀ ਤੋ ਅੰਮ੍ਰਿਤਸਰ ਜਾ ਕੇ ਉਹਦੀ ਡੈਥ ਹੋਈ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਲੜਾਈ ਹੋਈ ਸੀ ਤਾਂ ਡੈਥ ਹੋਈ ਆ ਉੱਥੇ ਅਸੀਂ ਇਮੀਡੀਏਟਲੀ ਐਕਟ ਕਰਦੇ FIR ਲਾਂਚ ਕਰਕੇ ਬੰਦਾ ਵੀ ਅਰੈਸਟ ਕਰ ਲਿਆ ਕਿਉਂਕਿ ਜੇ ਨਾ ਕਰਦੇ ਤਾਂ ਸ਼ਾਇਦ ਅੱਧੇ ਪੌਣਾ ਘੰਟਾ ਲੇਟ ਹੋ ਜਾਂਦੇ ਅਤੇ ਉਹ ਬੰਦਾ ਫਿਰ ਸਾਨੂੰ ਬਿਹਾਰ ਜਾ ਕੇ ਫੜਨਾ ਪੈਣਾ ਜਾਂ ਸ਼ਾਇਦ ਮਿਲਦਾ ਹੀ ਨਾ।